असी इस मौके मौजूद हाँ जी गुरदासपुर तो ब्रह्मपुर रोड जो जिथे एक व्यक्ति जो अपने एटीएम तो कढ़वा के 40,000 के करीब जी अमाउंट आ रहा है जिस वे लुटेरिया ने पिस्तौल की नोक से उस को खो के फरार होने का समाचार प्राप्त होया है। गल की जाए तो हलका दीनानगर अधीन आते पिछले कुछ दिनों तो लगातार लुट दिया और खो दिया वारदातें हो रही हैं जिस कारण लोगों में काफ़ी दहशत वाला माहौल पाया जा रहा है। इस मौके साडे नाल जिस व्यक्ति नाल लुट हुई है साडे नाल मौजूद है। हाँ जी भाई साहब की नाम अपना? मेरा नाम सुखदेव सिंह। की गलबात हुई है सारी, तुम कितों आ रहे थे पैसे कढ़वा के और किवें जिहड़े तुहाडे को पैसे खोए गए? सर मैं गुरदासपुर तो आ रहा ही, एटीएम से पैसे कढ़वा के 40,000 रुपया के रस्ते च आके मेरे पिछे आए चार जन लोग मोटरसाइकिल पल्सर मोटरसाइकिल उन्होंने आके मैंने डकिया, इतने डक के रिवालवर दसिया पैसे दे दे कहो के पैसे ले। मूँह बन्ने हुए थे उन्होंने? हाँ जी मूँह बन्ने हुए। ते पल्सर जो मोटरसाइकिल से वो के नंबर दे के जा विदाउट नंबर ही? नहीं विदाउट नंबर ही, नंबर प्लेटा दोनों नहीं है। किस साइड वालों जेड़े फरार हो गए थे? गुरदासपुर साइड में वापस पे चल गए। टोटल किन्ने पैसे सी जेड़े तुहाडे को लुट खो की गई है? मेरे को 47,000 रुपया है, 6-7,000 रुपया मेरा अपना ही, 40,000 रुपया। पुलिस ने सूचित की इस बारे? हाँ जी सर। हाँ जी की विश्वास दिता पुलिस ने तुम? कहते कार्रवाई करा। की मांग करते हो प्रशासन को? प्रशासन तो मंग यही करना कि बंद होना चाहिए जी काम, मतलब सारे यो रस्ता साढ़े पिंड नहीं जाता तो रस्ते के कोई ना कोई नशा जो है। तो जो फरार अपने चोरों वालों जो लुट खो की गई किस साइड में मुड़ के चल गए? वापस गुरदासपुर चल जाए कि चाहे? हाँ जी वापस गुरदासपुर में फिर सानू इतलाह मिली थी कि इदा सुखदेव सिंह हुणी बैंक चो पैसे कढ़ा के आ रहे थे तो इन्होंने खो हुई है। ਹੁਣ ਵੈਰੀਫਾਈ ਕਰ ਰਹੇ ਹਾਂ ਜੀ, ਵੇਖਦੇ ਹਾਂ ਕੈਮਰੇ ਵਗੈਰਾ ਕਿੱਦਾਂ। ਕਿੰਨੀ ਅਮਾਊਂਟ ਦੱਸੀ ਜਾ ਰਹੀ ਹੈ ਜੀ ਜਿਹੜੀ ਇਹ, ਤੇ ਕਿੰਨਾ ਲਟੇਰੇ ਜਿਹੜੇ ਆ ਕਿੰਨੇ ਲਟੇਰੇ ਦੱਸੇ ਜਾ ਰਹੇ? ਇਹ ਜੀ ਇਹਨਾਂ ਦੇ ਦੱਸਣ ਮੁਤਾਬਕ 40,000 ਰੁਪਇਆ ਸੀ ਅਤੇ 4 ਲਟੇਰੇ ਸੀ ਜਿਹੜੀ ਕਹਿੰਦੇ ਦੱਸਿਆ ਜਾ ਰਿਹਾ ਵੀ ਪਿਸਤੌਲ ਦੀ ਨੋਕ 'ਤੇ ਜਿਹੜੀ ਲੁੱਟਖੋ ਕੀਤੀ ਗਈ ਆ। ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕੁਛ ਸਮਾਂ ਪਹਿਲਾਂ ਇੱਕ ਹੋਰ ਲੁੱਟਖੋ ਹੋਈ ਸੀ ਇੱਥੇ ਇੱਕ ਲੇਡੀ ਨਾਲ, ਉਹ ਵੀ ਪਿਸਤੌਲ ਦੀ ਨੋਕ 'ਤੇ ਹੋਈ ਸੀ, ਪਰ ਵਾਰ ਵਾਰ ਜਿਹੜੀਆਂ ਲੁੱਟਖੋ ਹੋ ਰਹੀਆਂ ਨੇ। ਪੁਲਿਸ ਦਾ ਵਾਅਦਾ ਇਹ ਹੁੰਦਾ ਵੀ ਜਿਹੜੇ ਆਪਾਂ ਨਾਕੇ ਥਾਂ ਥਾਂ ਲਗਾਏ ਹੋਏ ਹਨ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਇਹ ਕਰ ਰਹੇ ਹਾਂ, ਅੱਗੇ ਪਿੱਛੇ ਫੜੇ ਨੇ, ਥੋੜ੍ਹੇ ਦਿਨ ਹੋਏ ਆ, 7-8 ਸਨੈਚਰ ਜਿਹੜੇ ਅਸੀਂ ਫੜੇ ਆ ਇਹਨਾਂ ਨੂੰ ਵੀ ਟਰੇਸ ਕਰਾਂਗੇ ਫੜਾਂਗੇ। ਇਹ ਸਨ ਸਾਡੇ ਨਾਲ ਸਦਰ ਗੁਰਦਾਸਪੁਰ ਦੇ SHO ਮਨਦੀਪ ਸਿੰਘ, ਜਿਨ੍ਹਾਂ ਵੱਲੋਂ ਦੱਸਿਆ ਗਿਆ ਵੀ ਜਲਦ ਜਿਹੜੀ ਪੁਲਿਸ ਹੈ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਗਾ ਵੀ ਕਿੰਨੀ ਦੇਰ ਵਿੱਚ ਜਿਹੜੇ ਇਹ ਲੁਟੇਰੇ ਪੁਲਿਸ ਦੀ ਹਿਰਾਸਤ ਵਿੱਚ ਹੁੰਦੇ ਹਨ। ਅਸੀਂ ਇਸ ਮੌਕੇ ਮੌਜੂਦ ਹਾਂ ਜੀ ਗੁਰਦਾਸਪੁਰ ਤੋਂ ਬ੍ਰਹਮਪੁਰ ਰੋਡ ਜੋ ਜਿੱਥੇ ਇੱਕ ਵਿਅਕਤੀ ਜੋ ਆਪਣੇ ਏਟੀਐਮ ਤੋਂ ਕਢਵਾ ਕੇ 40,000 ਦੇ ਕਰੀਬ ਜਿਹੜੀ ਆ ਅਮਾਊਂਟ ਆ ਰਿਹਾ ਸੀ ਜਿਸ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਖੋ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੱਲ ਕੀਤੀ ਜਾਵੇ ਤਾਂ ਹਲਕਾ ਦੀਨਾਨਗਰ ਅਧੀਨ ਆਉਂਦੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੁੱਟ ਦੀਆਂ ਔਰ ਖੋ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਕਾਰਨ ਲੋਕਾਂ ਵਿੱਚ ਕਾਫੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸਾਡੇ ਨਾਲ ਜਿਸ ਵਿਅਕਤੀ ਨਾਲ ਲੁੱਟ ਹੋਈ ਹੈ ਸਾਡੇ ਨਾਲ ਮੌਜੂਦ ਆ। ਹਾਂਜੀ ਭਾਈ ਸਾਹਿਬ ਕੀ ਨਾਮ ਆਪਣਾ? ਮੇਰਾ ਨਾਮ ਸੁਖਦੇਵ ਸਿੰਘ। ਕੀ ਗੱਲਬਾਤ ਹੋਈ ਹੈ ਸਾਰੀ, ਤੁਸੀਂ ਕਿੱਥੋਂ ਆ ਰਹੇ ਸੀ ਪੈਸੇ ਕਢਵਾ ਕੇ ਔਰ ਕਿਵੇਂ ਜਿਹੜੇ ਤੁਹਾਡੇ ਕੋਲ ਪੈਸੇ ਖੋਏ ਗਏ ਆ? ਸਰ ਮੈਂ ਗੁਰਦਾਸਪੁਰ ਤੋਂ ਆ ਰਿਹਾ ਸੀ, ਏਟੀਐਮ 'ਚੋਂ ਪੈਸੇ ਕਢਵਾ ਕੇ 40,000 ਰੁਪਇਆ ਅਤੇ ਰਸਤੇ 'ਚ ਆ ਕੇ ਮੇਰੇ ਪਿੱਛੇ ਆਏ ਚਾਰ ਜਣ ਲੋਕ ਮੋਟਰਸਾਈਕਲ ਪਲਸਰ ਮੋਟਰਸਾਈਕਲ ਉਹਨਾਂ ਆ ਕੇ ਮੈਨੂੰ ਡੱਕਿਆ, ਇੱਥੇ ਡੱਕ ਕੇ ਰਿਵਾਲਵਰ ਦੱਸਿਆ ਉਹਨੂੰ ਪੈਸੇ ਦੇ ਦੇ ਕਹੋ ਕੇ ਪੈਸੇ ਲੈ। ਮੂੰਹ ਬੰਨੇ ਹੋਏ ਸੀ ਉਹਨਾਂ? ਹਾਂਜੀ ਮੂੰਹ ਬੰਨੇ ਹੋਏ। ਤੇ ਪਲਸਰ ਜੋ ਮੋਟਰਸਾਈਕਲ ਸੀ ਉਹ ਕਿਸ ਨੰਬਰ ਤੇ ਕਿ ਜਾਂ ਵਿਦਆਊਟ ਨੰਬਰ ਹੀ? ਨਹੀਂ ਵਿਦਆਊਟ ਨੰਬਰ ਹੀ, ਨੰਬਰ ਪਲੇਟਾਂ ਦੋਨਾਂ ਦੀਆਂ ਨਹੀਂ ਹੈਗੀ। ਕਿਸ ਸਾਈਡ ਵੱਲੋਂ ਜਿਹੜੇ ਫਰਾਰ ਹੋ ਗਏ ਸੀ? ਗੁਰਦਾਸਪੁਰ ਸਾਈਡ ਤੋਂ ਵਾਪਸ ਪੈ ਚਲ ਗਏ। ਟੋਟਲ ਕਿੰਨੇ ਪੈਸੇ ਸੀ ਜਿਹੜੇ ਤੁਹਾਡੇ ਕੋਲ ਲੁੱਟ ਖੋ ਕੀਤੀ ਗਈ ਆ? ਮੇਰੇ ਕੋਲ 47,000 ਰੁਪਇਆ ਹੈ, 6-7,000 ਰੁਪਇਆ ਮੇਰਾ ਆਪਣਾ ਹੀ, 40,000 ਰੁਪਇਆ। ਪੁਲਿਸ ਨੂੰ ਸੂਚਿਤ ਕੀਤਾ ਇਸ ਬਾਰੇ? ਹਾਂਜੀ ਸਰ। ਹਾਂਜੀ ਕੀ ਵਿਸ਼ਵਾਸ ਦਿੱਤਾ ਪੁਲਿਸ ਨੇ ਤੁਹਾਨੂੰ? ਕਹਿੰਦੇ ਕਾਰਵਾਈ ਕਰਾਂਗੇ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ? ਪ੍ਰਸ਼ਾਸਨ ਤੋਂ ਮੰਗ ਇਹੀ ਕਰਦਾ ਕਿ ਇਹ ਬੰਦ ਹੋਣਾ ਚਾਹੀਦਾ ਜੀ ਕੰਮ, ਮਤਲਬ ਸਾਰੇ ਇਹੋ ਰਸਤਾ ਸਾਡੇ ਪਿੰਡ ਨਹੀਂ ਜਾਂਦਾ ਅਤੇ ਰਸਤੇ ਦੇ ਵਿੱਚ ਕੋਈ ਨਾ ਕੋਈ ਨਸ਼ਾ ਜਾਂ। ਜਿਹੜੇ ਫਰਾਰ ਆਪਣੇ ਚੋਰਾਂ ਵੱਲੋਂ ਜਿਹੜੇ ਤੁਹਾਡੇ ਲੁੱਟ ਖੋ ਕੀਤੀ ਗਈ ਕਿਸ ਸਾਈਡ ਨੂੰ ਮੁੜ ਕੇ ਚੱਲ ਗਏ? ਵਾਪਸ ਗੁਰਦਾਸਪੁਰ ਨੂੰ ਚੱਲ ਜਾ ਗਏ ਕਿ ਚਾਹੇ? ਹਾਂਜੀ ਵਾਪਸ ਗੁਰਦਾਸਪੁਰ ਨੂੰ ਫਿਰ ਗਏ। ਸਾਨੂੰ ਇਤਲਾਹ ਮਿਲੀ ਸੀ ਵੀ ਇੱਦਾਂ ਸੁਖਦੇਵ ਸਿੰਘ ਹੁਣੀ ਬੈਂਕ 'ਚੋਂ ਪੈਸੇ ਕਢਾ ਕੇ ਆ ਰਹੇ ਸੀ ਅਤੇ ਇਹਨਾਂ ਨਾਲ ਖੋ ਹੋਈ ਆ, ਹੁਣ ਵੈਰੀਫਾਈ ਕਰ ਰਹੇ ਹਾਂ ਜੀ, ਵੇਖਦੇ ਹਾਂ ਕੈਮਰੇ ਵਗੈਰਾ ਕਿੱਦਾਂ। ਕਿੰਨੀ ਅਮਾਊਂਟ ਦੱਸੀ ਜਾ ਰਹੀ ਹੈ ਜੀ ਜਿਹੜੀ, ਅਤੇ ਕਿੰਨਾ ਲੁਟੇਰੇ ਜਿਹੜੇ ਆ ਕਿੰਨੇ ਲੁਟੇਰੇ ਦੱਸੇ ਜਾ ਰਹੇ? ਇਹ ਜੀ ਇਹਨਾਂ ਦੇ ਦੱਸਣ ਮੁਤਾਬਕ 40,000 ਰੁਪਇਆ ਸੀ ਅਤੇ 4 ਲੁਟੇਰੇ ਸੀ।
जी कहते दसा जा रहा भी पिस्तौल की नोक जी लुट खोह की गई है गल की जाए तो पहला भी कुछ समय पहला एक होर लुट खोह हुई थी एक लेडी नाल भी पिस्तौल की नोक तो हुई थी पर वार वार जो लुट खोह हो रही है पुलिस का वादा यह होंगे भी जो आप नाके थां थां लगाए हुए हैं की कहना चाहते इस बारे यही कर रहे हैं अगे पिछे फड़े ने थोड़े दिन हुए सत अठ स्नैचर जो फड़े है इन्हों भी ट्रेस करा फड़ा ये सन सा सदर गुरदासपुर के एस एच ओ अमनदीप सिंह जिन्होंने दसा गया भी जल्द जी पुलिस लुटेरियां काबू करने में सफलता प्राप्त करेगी आने वाले दिनों में वेखना होगा भी कितनी देर में जिहड़े लुटेरे पुलिस की रियासत में होंगे हैं।